ਸਾਹਮਣੇ ਜੋ ਪੇਸ਼ਕਾਰੀ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਜਾਣਗੇ। ਇਸ ਅਖਾੜੇ ਦੇ ਨਾਂ ਉੱਤੇ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਇਹ ਚੰਨ ਲੈਣਾ। ਬਾਬਾ ਹੁੰਦਾ ਖਾਬ ਵਿੱਚ, ਅੱਜ ਵੀ ਪਹਿਰਾ ਦੋ ਜੋ ਦਿੰਦਾ ਹਰਿਮੰਦਰ ਸਾਹਿਬ 'ਚ, ਜਿਹਦੇ ਜਿਸਮ ਜਹਿਨ 'ਚ ਯਾਰੋ ਜਿੱਤ ਦਾ ਝੰਡਾ ਸੀ, ਇੱਕ ਹੱਥ ਵਿੱਚ ਸੀਸ ਅਤੇ ਦੂਜੇ ਹੱਥ ਵਿੱਚ ਖੰਡਾ ਸੀ, ਰਣ ਵਿੱਚ ਵੱਢ ਵੱਢ ਕੇ ਸੁੱਟਦਾ ਸੀ ਦੁਸ਼ਮਣ ਦੇ ਜਰਨੈਲਾਂ ਨੂੰ, ਕਿਹੜਾ ਵਿਸ਼ਵਾਸ ਕਰੂ ਉਹ 70 ਸਾਲ ਦਾ ਬੰਦਾ ਸੀ। ਸ਼ਹਾਦਤਾਂ ਲਈ ਜੋ ਖਿੱਚ ਦਾ ਲਕੀਰ ਸੀ ਬਾਬਾ ਦੀਪ ਸਿੰਘ ਸੀ, ਉਸ ਯੋਧੇ ਦਾ ਨਾਂ ਬਾਬਾ ਦੀਪ ਸਿੰਘ ਸੀ, ਉਸ ਯੋਧੇ ਦਾ ਨਾਂ। ਦੋਸਤੋ, ਗੱਤਕੇ ਦੇ ਸਿੰਘਾਂ ਦੀ ਖੁਰਾਕ ਹੁੰਦੀ ਹੈ ਫਤਿਹ ਦੇ ਜੈਕਾਰੇ। ਜਦੋਂ ਇਹ ਫਤਿਹ ਦੇ ਜੈਕਾਰੇ ਸੁਣਦੇ ਨੇ, ਇਹਨਾਂ ਨੂੰ ਜੋਸ਼ ਚੜ੍ਹ ਜਾਂਦਾ ਹੈ, ਇਹਨਾਂ ਦਾ ਖੂਨ ਉਬਾਲੇ ਖਾਣ ਲੱਗ ਜਾਂਦਾ ਹੈ ਅਤੇ ਇਹਨਾਂ ਦੇ ਡੋਲੇ ਫਰਕਣ ਲੱਗ ਪੈਂਦੇ ਨੇ। ਅਤੇ ਦੋਸਤੋ, ਇੱਕ ਫਤਿਹ ਦਾ ਜੈਕਾਰਾ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਗਰੁੱਪ ਦੇ ਲਈ, ਅਤੇ ਦੋਸਤੋ ਇਹ ਜੈਕਾਰਾ ਗੱਜਵੀਂ ਆਵਾਜ਼ 'ਚ ਹੋਣਾ ਚਾਹੀਦਾ ਹੈ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗੁਰਦੁਆਰਾ ਸੈਕਟਰ 34 ਫੇਸ 5 ਜਥੇਦਾਰ ਗੁਰਪ੍ਰੀਤ ਸਿੰਘ ਜੀ ਮੋਹਾਲੀ ਔਰ ਸਿੰਘਾਪੁਰ ਤੋਂ, ਸਿੰਘਾਪੁਰ ਮਤਲਬ ਕਿ ਸਿੰਘਪੁਰਾ, ਅਸੀਂ ਨਾਂ ਸਿੰਘਾਪੁਰ ਰੱਖਤਾ ਕਿਉਂਕਿ ਜਿਹੜੇ ਸਿੰਘਾਂ ਦੇ ਬੋਲੇ ਹੁੰਦੇ ਨਾ ਬਾਲਕ ਹੀ ਹੁੰਦੇ ਆ, ਘਾਟੇ ਨਹੀਂ ਹੁੰਦੇ। ਜਿੱਦਾਂ ਅਸੀਂ ਦੁੱਧ ਨੂੰ ਸਮੁੰਦਰ ਕਹਿ ਦਿੰਦੇ ਹਾਂ, ਕੜਛੀ ਨੂੰ ਪੇੜ ਚਾ ਕਹਿ ਦਿੰਦੇ ਹਾਂ, ਇਸ ਤਰ੍ਹਾਂ ਸਿੰਘਾਂ ਦੇ ਬੋਲੇ ਸੀ। ਉਹ ਖਾੜੇ ਦਾ ਨਾਂ ਸਿੰਘਪੁਰਾ ਹੈ, ਸਿੰਘਪੁਰਾ ਪਿੰਡ ਤੋਂ ਹੈ, ਅਤੇ ਅਸੀਂ ਉਹਦਾ ਅੱਜ ਤੋਂ ਨਾਂ ਸਿੰਘਾਪੁਰ ਰੱਖਤਾ। ਸੋ ਹਾਂਜੀ, ਬਿਲਕੁਲ ਜੀ, ਕਸ਼ਹਿਰਾ ਦੇ ਤੰਬੂ ਕਿਸੇ ਟਾਈਮ ਦੇ ਉੱਤੇ ਲੱਗੇ ਸੀਗੇ, ਕਿਉਂਕਿ ਉਦੋਂ ਜਿਹੜੀ ਫੌਜ ਸੀ ਨਾ, ਉਹਨਾਂ ਨੇ ਆਪਣੇ ਕਸ਼ਹਿਰੇ ਸੁੱਕਣੇ ਪਾਏ ਸੀ ਝਾੜੀਆਂ ਦੇ ਉੱਪਰ, ਅਤੇ ਉਹ ਐਡਾ ਲੱਗਦਾ ਸੀ ਜਿੱਦਾਂ ਕਿਤੇ ਟੈਂਟ ਲੱਗੇ ਹੁੰਦੇ, ਅਤੇ ਇਸ ਕਰਕੇ ਉਹ ਕਸ਼ਹਿਰਿਆਂ ਦੇ ਤੰਬੂ ਹੀ ਬਣ ਗਏ ਸੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਚੰਦ ਕੁ ਲੈਂਦਾ ਨੇ ਅੱਜ ਦੇ ਮਾਹੌਲ ਦੇ ਉੱਤੇ ਕੀ ਹੋ ਰਿਹਾ। ਅੱਜ ਧਰਤੀ ਉੱਪਰ ਵੱਧ ਗਏ ਹਨ ਥਾਂ ਥਾਂ ਅਤਿਆਚਾਰ, ਅੱਜ ਮੰਡੀ ਲੱਗੀ ਲਹੂ ਦੀ ਹਰ ਲੋਕਾਂ ਦੇ ਵਪਾਰ, ਅੱਜ ਦੇਸ਼ ਮਸਾਣਾ ਹਾਰ ਹੈ ਤੇ ਕੌਮਾਂ ਨੇ ਮੁਰਦਾਰ, ਅੱਜ ਆਪੋ ਧਾਪੀ ਪੈ ਗਈ ਤੇ ਵੱਧ ਗਈ ਮਿੱਤਰ ਮਾਰ, ਫਿਰ ਭੱਜ ਭੱਜ ਗੋਲੀ ਹੋ ਗਈ ਕੁਲ ਟੱਲੀਆਂ ਦੀ ਟੁਣਕਾਰ, ਤਦ ਧਰਤੀ ਚੀਕਾਂ ਮਾਰੀਆਂ ਤੇ ਕੀਤੀ ਹਾਹਾਕਾਰ, ਫਿਰ ਸੱਤ ਅਸਮਾਨੀ ਚੀਰ ਕੇ ਚਾਕੂ ਕੀ ਇੰਜ ਪੁਕਾਰ, ਤੇਰੀ ਰਚਨਾ ਮਿੱਟੀ ਹੋ ਗਈ ਮੁੜ ਬੌੜੀ ਬੌੜਨ ਹਾਰ, ਮੁੜ ਬੌੜੀ ਬੌੜਨ ਹਾਰ, ਬਈ ਤਦ ਸੱਤ ਅਸਮਾਨੀ ਚੀਰ ਕੇ ਚਾਕੂ ਕੀ ਇੰਜ ਪੁਕਾਰ, ਤੇਰੀ ਰਚਨਾ ਮਿੱਟੀ ਹੋ ਗਈ ਮੁੜ ਪੌੜੀ ਪੌੜਨ ਹਾਰ, ਮੁੜ ਪੌੜੀ ਪੌੜਨ ਹਾਰ। ਕੌਣ ਪੌੜਦਾ ਹੈ? ਖਾਲਸਾ, ਜੋ ਕਿ ਅੱਜ ਉਹ ਚੰਗੀ ਫੌਜ
ਛੋਟੇ ਛੋਟੇ ਬੱਚੇ ਜਿਹੜੇ ਸਪੈਸ਼ਲ ਸਿੰਘਾਪੁਰ ਤੋਂ ਆਏ ਨੇ ਔਰ ਫੇਸ ਵਨ ਮੋਹਾਲੀ ਤੋਂ ਲੜਕਿਆਂ ਦਾ ਅਖਾੜਾ ਔਰ ਸ਼ਹੀਦ ਬਾਬਾ ਦੀਪ ਸਿੰਘ ਸੈਕਟਰ 34 ਗੁਰਦੁਆਰਾ ਤੋਂ ਸਾਡਾ ਆਪਣਾ ਅਖਾੜਾ ਸਿੰਘਾਂ ਦਾ ਸੋ ਰਲ ਮਿਲ ਕੇ ਅਸੀਂ ਪਰਫੋਰਮੈਂਸ ਕਰਨ ਜਾ ਰਹੇ ਹਾਂ ਗੱਤਕਾ 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 ਬੋਲੇ
ਕਹਿੰਦੇ Thank you.
ਧੰਨਵਾਦ। ਚੰਦ ਗੱਲਾਂ ਇੰਨਾ ਯਾਦ ਆਈਆਂ ਨੇ, ਕਿਤੇ 10 ਲੱਖ ਫੌਜ ਸੀ, ਕਿਤੇ 40 ਸਿੰਘ ਸੀ। ਉਸ ਟਾਈਮ ਦਾ ਦ੍ਰਿਸ਼ ਕਿਸ ਤਰ੍ਹਾਂ ਇੱਕ ਜਣਾ ਚਾਰਾਂ ਨਾਲ ਪ੍ਰਦਰਸ਼ਨ ਆਪ ਜੀ ਸਾਹਮਣੇ ਕਰ ਰਿਹਾ ਹੈ। ਸੋ 10 ਲੱਖ ਨੇ ਘੇਰਿਆ 40 ਨੂੰ, ਕਿਉਂਕਿ ਸਿੰਘ 40 ਸੀ ਚਮਕੌਰ ਦੀ ਗੜੀ, 10 ਲੱਖ ਫੌਜ ਸੀ। 10 ਲੱਖ ਨੇ ਘੇਰਿਆ 40 ਨੂੰ, ਵੇਖੋ ਕਿੰਨੀ ਕਠਿਨ ਸਮੱਸਿਆ ਸੀ, ਜਿਗਰਾ ਰੱਖ ਕੇ ਫੇਰ ਵੀ ਲੜੀ ਜਾਣਾ, ਇਹ ਵੀ ਬੜੀ ਵੱਡੀ ਤਪੱਸਿਆ ਸੀ। 1.25 ਲੱਖ ਨਾਲ ਇੱਕ ਲੜਾ ਕੇ ਜੌਹਰ ਗੁਰੂ ਦਸ਼ਮੇਸ਼ ਜੀ ਨੇ ਦੱਸਿਆ ਸੀ, ਅੱਖਾਂ ਸਾਹਮਣੇ ਰਣ ਮੈਦਾਨ ਅੰਦਰ ਪੁੱਤਰ ਜੂਝ ਮਾਰਦੇ ਵੇਖ ਕੇ ਹੱਸਿਆ ਸੀ।
ਜਾਂਦਾ ਵਾ ਥੱਕੀਆਂ ਉਹ ਤੂੰ ਸਿੰਬਲ ਰੁੱਖਾ ਰੁੱਖਾ ਉਹ ਫੁੱਲ ਕਲੀਆਂ ਨੇ ਬੱਕ ਬੱਕੀਆਂ ਉਹ ਅੱਜ ਸ਼ੇਰ ਬਾਬਾ ਨੂੰ ਦੇ ਰਿਹਾ ਤੂੰ ਕਿੱਦਾਂ ਕਿੱਦਾਂ ਬੱਕੀਆਂ ਉਹ ਮੇਰੇ ਕੋਲ ਮੈਂ ਤੂੰ ਕਿਹਾ ਆਤਮਾ ਉਹ ਜੇ ਹੈ ਰੂੜੀਆਂ ਕੱਕੀਆਂ ਉਹ ਬਸ ਜਿਸ ਦਿਨ ਮਸਾਂ ਫੁੱਟੀਆਂ ਉਹ ਇੱਕ ਵਾਰ ਉਹਨਾਂ ਨੂੰ ਠੱਕੀਆਂ ਉਹ ਸਾਡੀ ਲਾਸ਼ ਤਾਂ ਚੁੱਕ ਲੈ ਜਾਣਗੇ ਉਹ ਸਾਡੀ ਲਾਸ਼ ਤਾਂ ਚੁੱਕ ਲੈ ਜਾਣਗੇ ਉਹ ਜਿਨ੍ਹਾਂ ਨਾਲ ਪੁਨੀਤਾਂ ਪੱਕੀਆਂ ਉਹ ਤੇਰੀ ਲਾਸ਼ ਨੂੰ ਕਿਹੜੇ ਚੱਲਣੇ ਉਹ ਨਹੀਂ ਉਹ ਰੋਣਾ ਪੈਣਾ ਸਕੀਆਂ ਉਹ ਇੱਕ ਵਾਰ ਸਤਪੰਥ ਦੀ ਆਤਮਾ ਦੇ ਉਹ ਪੂਜਾ ਕੀਤੀ ਹੈ ਜਿਹਦੀ ਨੇ ਸਿੱਖ ਬਣ ਕੇ ਉਹ ਕਦੇ ਸੂਹਣੀਆਂ ਤੇ ਕਦੇ ਚਰਖਰੀਆਂ ਤੇ ਉਹ ਕਦੇ ਤੀਆਂ ਤੇ ਕਦੇ ਤੁਫਾਂ ਚ ਵੜ ਕੇ ਉਹ ਅਸੀਂ ਚੰਮਿਆਂ ਤੇ ਸ਼ਮਾਂ ਨੂੰ ਰੂਪ ਚੜਿਆ ਉਹ ਚੜੀਏ ਕਿਉਂ ਨਾ ਸਿੱਖਾਂ ਚ ਵੜ ਕੇ ਉਹ ਮੁੱਲ ਸੁੰਦਰ ਸੁਹਾਗਣੇ ਖਾਲਸੇ ਦੀ ਉਹ ਜੋਗੀ ਅਕਬਰ ਕੇ ਮਾਫੀ ਸਤਿਗੁਰੂ ਨੇ ਤਦ ਸਿਮਰਿਆ ਪਹਿਲੋਂ ਪੁਰਖੀ ਅਕਾਲ
ਜਦ ਕੇ ਹੀ ਲਹਰ ਕੋਈ ਹੋ ਜਾਏ ਬੇਜਾਨ ਚੂਕਾਰਾ ਖਮਾਈ ਤੇ ਦਰਗਜਸ ਹਰਾਰਸ ਬੁਰਦਨ ਬਾ ਸ਼ਮਸ਼ੀਰ ਦਸ ਪੋਰੇ ਸੋਨਿਆ ਸ੍ਰੀ ਅਕਾਲ। ਬੱਚੀ ਨੂੰ ਬਹੁਤ ਬਹਾਦਰ ਬੱਚੀ ਹੈ, ਕੋਈ ਐਵੇਂ ਨਹੀਂ ਆ ਜਾਂਦਾ ਐਡਾ ਵੱਡਾ ਬੈਟ ਸਿਰ 'ਤੇ ਵੱਜਣਾ ਔਰ ਨਾਰੀਅਲ ਤੋੜਨਾ, ਕੋਈ ਮਖੌਲ ਦੀ ਗੱਲ ਤਾਂ ਹੈ ਨਹੀਂ। ਸੋ ਚੰਦ ਲੈਣਾ ਨੇ ਦਸਵੇਂ ਪਾਤਸ਼ਾਹ ਕੌਮ ਦਾ ਕਰਜ ਸਿਰ ਤੋਂ ਸਮੇਂ ਸਮੇਂ ਖੁਦ ਆਪ ਹੀ ਉਤਾਰ ਡੇਰੇ ਜਿੱਥੇ ਪਿਤਾ ਦੀ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾਂ ਦੀ ਪਈ ਪੁੱਤ ਵਾਰ ਤੇਰੇ ਆਪਣੇ ਸਿੰਘਾਂ ਨੂੰ ਆਖਦੇ ਸੁਣੋ ਸਿੰਘਾਂ ਓਏ ਆਪਣੇ ਫਰਜ਼ ਨੂੰ ਐਡਾ ਨਿਭਾਈਦਾ ਏ ਧਰਮ ਰੱਖਣੀ ਦੀ ਜਦੋਂ ਚੰਨ ਚੜ ਪਏ ਉਦੋਂ ਪੁੱਤਾਂ ਦਾ ਨਿਉਂਦਰਾ ਪਾਈਦਾ ਬਣਾਇਆ ਨਹੀਂ ਜਾ ਸਕਦਾ।
As some of the young people might not know, that Gatka is a Sikh martial art that has come down from the times of the Gurus. And it is something that needs to be preserved, even though we might not use it actively in a battle situation or a war situation, because things have changed now. But Firbi, it's a tradition that has come down from our Gurus and from our martial traditions. And so it's something that needs to be preserved, and these people are doing a wonderful, wonderful job in doing that. So, Ikvik Zikara, audience for another day, please. ਅਸੀਂ ਅਸੀਂ ਧੰਨਵਾਦੀ ਹਾਂ ਤੇਜਸਵੀ ਜੀ ਦੇ, ਪ੍ਰਧਾਨ ਸਾਹਿਬ ਦੇ, ਮਹਿੰਤ ਜੀ ਦੇ। ਔਰ ਪਹਿਲਾਂ ਤਾਂ ਅਸੀਂ ਖੇਡਦੇ ਸੀ, ਸਾਰੇ ਸਿੰਘ ਹੀ ਹੁੰਦੇ ਸੀ। ਐਤਕੀ ਬੱਚੀਆਂ ਦੀ ਪਰਫੋਰਮੈਂਸ ਵੀ ਸੀਗੀ, ਇਹ ਲੜਕੀਆਂ ਦੀ, ਖਾਸ ਕਰਕੇ ਇਹਨਾਂ ਨੂੰ ਸੱਦਾ ਦਿੱਤਾ ਗਿਆ ਵੀ ਖੇਡਣਾ ਹੈ। ਸੋ ਛੋਟੇ ਛੋਟੇ ਬੱਚਿਆਂ ਦੇ, ਕਿਉਂਕਿ ਸਾਡੇ ਕੋਲ ਤਾਂ ਵੱਡੇ ਸਿੰਘ ਜ਼ਿਆਦਾ ਹੈਗੇ ਆ, ਬੱਚੇ ਘੱਟ ਹੈ, ਇਸ ਲਈ ਇਹ ਜਿਹੜੇ ਬੱਚੇ ਹੈ, ਜੋ ਮੈਂ ਕਹਿ ਰਿਹਾ ਸੀ ਨਾ, ਸਿੰਘਾਪੁਰ ਤੋਂ ਬੁਲਾਏ ਨੇ, ਸਿੰਘਪੁਰੇ ਤੋਂ ਬੁਲਾਏ ਨੇ। ਸੋ ਸਪੈਸ਼ਲ, ਕਿਉਂਕਿ ਸਾਡੇ ਬੋਲੇ ਕੁਝ ਹੋਰ ਹੁੰਦੇ ਨੇ, ਸਿੰਘਪੁਰੇ ਨੂੰ ਅਸੀਂ ਸਿੰਘਾਪੁਰ ਦਾ ਨਾਂ ਲਿਆ। ਸੋ ਬਹੁਤ ਧੰਨਵਾਦ ਇਹਨਾਂ ਦਾ, ਓਜਸਵੀ ਜੀ ਦਾ, ਪ੍ਰਧਾਨ ਸਾਹਿਬ ਦਾ, ਮੈਮ ਜੀ ਦਾ। ਸੋ ਧੰਨਵਾਦ, ਬੱਚਿਆਂ ਦਾ ਤਾਂ ਬਹੁਤ ਧੰਨਵਾਦ ਹੈ ਜੀ, ਕਿਉਂਕਿ ਇਹ ਪਰਫੋਰਮੈਂਸ ਇਹਨਾਂ ਦੇ ਸਿਰ 'ਤੇ ਹੁੰਦੀ ਹੈ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਅਸੀਂ ਬਹੁਤ ਅਗੇਨ, ਮੈਂ ਮੇਰੇ ਬੁਲਾਏ 'ਤੇ ਇੱਕ ਸੱਦੇ 'ਤੇ ਸਰ ਆ ਜਾਂਦੇ ਨੇ, ਅਤੇ ਗਿੱਲ ਸਾਹਿਬ ਦਾ ਵੀ, ਕੁਲਜੀਤ ਸਰ ਆ ਜਾਂਦੇ ਨੇ, ਅਤੇ ਵਿੱਕੀ ਸਿੰਘ ਸਰ ਵੀ ਆ ਗਏ ਨੇ ਹੁਣ, ਅਤੇ ਗਿੱਲ ਸਾਹਿਬ ਦਾ ਵੀ ਬਹੁਤ ਸਾਨੂੰ ਸਪੋਰਟ ਰਹਿੰਦਾ ਜੀ। ਇਹ ਗੱਤਕਾ ਜਦੋਂ ਮੈਂ ਸਰ ਨੂੰ ਕਿਹਾ, ਕੁਲਜੀਤ ਸਰ ਨੂੰ, ਮੈਂ ਕਿਹਾ ਨਹੀਂ, ਮੈਨੂੰ ਗੱਤਕੇ ਦੇ ਸਿਰਫ ਮੁੰਡੇ ਨਹੀਂ ਚਾਹੀਦੇ, ਗੱਤਕੇ ਦੇ ਵਿੱਚ ਸਾਨੂੰ ਕੁੜੀਆਂ ਵੀ ਚਾਹੀਦੀਆਂ ਨੇ, ਬੱਚਿਆਂ ਵੀ ਚਾਹੀਦੇ ਨੇ, ਬਿਕੋਜ਼ ਅਸੀਂ ਗੱਲ ਡਾਇਵਰਸਿਟੀ ਦੀ ਵੀ ਕਰ ਰਹੇ ਨੇ, ਇਨਕਲੂਜਨ ਦੀ ਵੀ ਕਰ ਰਹੇ ਨੇ। ਅਸੀਂ ਚਾਹੁੰਦੇ ਨੇ ਕਿ ਸਾਰੇ ਜੈਂਡਰ ਦੀ ਵੀ ਪ੍ਰੋਪਰ ਰਿਪ੍ਰੈਜੈਂਟੇਸ਼ਨ ਹੋਏ, ਅਤੇ ਮੈਂ ਇਨਕਰੇਜ ਵੀ ਕਰ ਰਿਹਾ ਕਿ ਵਾਰ ਫਿਲਮ ਫੈਸਟੀਵਲ ਦੇ ਵਿੱਚ ਦੈਟ ਵੀ ਹੈਡ ਵਿਮੈਨ ਫਿਲਮ ਮੇਕਰਸ, ਨਾਓ ਵੀ ਹੈਡ ਗਰਲਸ ਪਰਫੋਰਮਿੰਗ ਜ਼ਫਰਨਾਮਾ, ਵੀ ਹੈਡ ਗਰਲਸ ਪਰਫੋਰਮਿੰਗ ਗੱਤਕਾ, ਨਾਓ ਵੀ ਹੈਵ ਅ ਲੋਟ, ਐਂਡ ਇਨ ਦਾ ਮੋਰਨਿੰਗ ਵੀ ਹੈਡ ਦਾ ਡਿਵਾਈਨ ਆਰਕੈਸਟਰਾ ਦੈਟ ਵਾਸ ਪਰਫੋਰਮ ਇੰਟਾਇਰਲੀ ਬਾਏ ਗਰਲਸ ਆਫ ਦਾ ਅਕਾਲ ਅਕੈਡਮੀ ਬੜੋ ਸਾਹਿਬ। ਸੋ ਦਿਸ ਈਅਰ ਵੀ ਆਰ ਟੇਕਿੰਗ ਅ ਲੋਟ ਆਫ ਸਟੈਪਸ ਫੋਰਵਰਡ into the film festival's programming, and I hope ki assi har saal is cheez nu hor agge leke ja sakiye, te Vicky Singh ji, now main request karanga ki tusi please kuch karo karke di performance, please happy, thank you so much। assi hun invite karange jehde zafarname de team hai, kyunki gurdwara di team itthe khadi hai ji, zafarname de vi jehde bacche aaye hain sigiya, assi onna nu vi honor karna chahunde hain। A big round of applause for them।